ਸ਼ਿਕਾਲ ਤੁਸੀਂ ਦੇਖ ਰਹੇ ਹੋ ਸਕਾਨਸ ਪੰਜਾਬ ਤੇ ਮੈਂ ਹਸ਼ਿਵਾਨੀ ਆਮ ਆਦਮੀ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਜੀ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਏਗਾ ਜਦ ਕਿਸੇ ਸਰਕਾਰ ਦਾ ਇੰਨੇ ਵੱਡੇ ਪੱਧਰ ਤੇ ਆਗਾਜ਼ ਹੋਣ ਜਾ ਰਿਹਾ ਭਗਵੰਤ ਮਾਨ ਦੀ ਤਾਜਪੋਸ਼ੀ ਜਿਹੜੀ ਹੈ ਉਹ ਖਟਖੜ ਕਲਾਂ ਦੇ ਵਿੱਚ ਹੋਣ ਜਾ ਰਹੀ ਹੈ ਜਿੱਥੇ ਪਾਰਟੀ ਦੇ ਸਾਰੇ ਲੀਡਰ ਅਤੇ ਦਿੱਗਜ ਚਿਹਰੇ ਮੌਜੂਦ ਹੋਣਗੇ ਇਸ ਦੇ ਨਾਲ ਨਾਲ ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਵੀ ਖੁਲਾਸਾ ਦਿੱਤਾ ਗਿਆ ਜੀ ਹਾਂ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ ਕਿ ਪਾਰਟੀ ਦੇ ਵਰਕਰਾਂ ਲੀਡਰਾਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਬੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਭਗਵੰਤ ਮਾਨ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ ਜੀ ਜਿਨ੍ਹਾਂ ਨੇ 92 ਸੀਟਾਂ ਦੀ ਲੀਡ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਤੁਹਾਨੂੰ ਦੱਸ ਦਈਏ ਕਿ ਖਟਖੜ ਕਲਾਂ ਦੇ ਵਿੱਚ ਭਗਵੰਤ ਮਾਨ ਸਹੁੰ ਚੁੱਕਣਗੇ ਸਹੁੰ ਚੁੱਕ ਸਮਾਗਮ ਇੰਨੇ ਵੱਡੇ ਪੱਧਰ 'ਤੇ ਹੋ ਰਿਹਾ ਕਿ ਜਿੱਥੇ ਜਿਹੜੇ ਵੱਡੇ ਦਿੱਗਜ ਚਿਹਰੇ ਨੇ ਉਹਨਾਂ ਦੇ ਨਾਲ ਨਾਲ ਆਮ ਲੋਕ ਵੀ ਮੌਜੂਦ ਹੋਣਗੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਬਸੰਤੀ ਰੰਗ ਦੀ ਇੱਕ ਵੱਖਰੀ ਇਸ ਵੇਲੇ ਮਹੱਤਤਾ ਵੇਖਣ ਨੂੰ ਮਿਲ ਰਹੀ ਹੈ ਬਸੰਤੀ ਰੰਗ ਦੀਆਂ ਪੱਗਾਂ ਪਾ ਕੇ ਨੌਜਵਾਨ ਅਤੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪੰਜਾਬ ਦੀਆਂ ਮੁਟਿਆਰਾਂ ਜਿਹੜੀਆਂ ਨੇ ਉਹ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋ ਰਹੀਆਂ ਹਨ ਪੂਰੇ ਪੰਜਾਬ ਦੇ ਸੂਬੇ ਭਰ 'ਚੋਂ ਵੱਖ ਵੱਖ ਲੋਕ ਜਿਹੜੇ ਨੇ ਉਹ ਬੜੇ ਉਤਸ਼ਾਹਿਤ ਨੇ ਉਤਸ਼ਾਹ ਨਾਲ ਭਰੇ ਹੋਏ ਨੇ ਜੋ ਕਿ ਇਸ ਖਟਖੜ ਕਲਾਂ ਦੇ ਵਿੱਚ ਹੋ ਰਹੇ ਸਮਾਗਮ ਵਿੱਚ ਭਾਗ ਲੈਣ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਆਮ ਆਦਮੀ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਜੇ ਗੱਲ ਕਰੀਏ ਖਟਖੜ ਕਲਾਂ ਦੇ ਵਿੱਚ ਤਾਂ ਖਟਖੜ ਕਲਾਂ ਦੇ ਵਿੱਚ ਰੰਗ ਦੇ ਬਸੰਤੀ ਦਾ ਜਿਹੜਾ ਇੱਕ ਨਾਮ ਕਹਿ ਲਓ ਇਸ ਵੇਲੇ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ ਜੇ ਅਸੀਂ ਗੱਲ ਕਰੀਏ ਸੰਗਰੂਰ ਤੋਂ ਤਾਂ ਸੰਗਰੂਰ ਦੇ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਸੰਗਰੂਰ 'ਚੋਂ ਤਕਰੀਬਨ 7 ਬੱਸਾਂ ਜਿਹੜੀਆਂ ਨੇ ਲੋਕਾਂ ਦੀ ਭਰ ਕੇ ਉਹ ਰਵਾਨਾ ਹੋਈਆਂ ਨੇ ਖਟਖੜ ਕਲਾਂ ਦੇ ਵਿੱਚ ਜਿੱਥੇ ਕਿ ਭਗਵੰਤ ਮਾਨ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ ਸੰਗਰੂਰ ਤੋਂ ਲੋਕਾਂ ਨੇ ਪੀਲੇ ਰੰਗ ਦੀਆਂ ਪੱਗਾਂ ਪਾ ਕੇ ਅਤੇ ਮੁਟਿਆਰਾਂ ਜਿਹੜੀਆਂ ਨੇ ਉਹ ਪੀਲੇ ਰੰਗ ਦੁਪੱਟੇ ਲੈ ਕੇ ਰਵਾਨਾ ਹੋਏ ਹਨ ਖਟਖੜ ਕਲਾਂ ਦੇ ਵਿੱਚ ਸਹੁੰ ਚੁੱਕ ਸਮਾਗਮ ਨੂੰ ਵੇਖਣ ਲਈ ਉਸਦਾ ਹਿੱਸਾ ਬਣਨ ਲਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੀ ਸੰਗਰੂਰ ਤੋਂ ਤਕਰੀਬਨ 7 ਬੱਸਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਜਿਹਦੇ ਵਿੱਚ ਆਮ ਲੋਕ ਵੀ ਸ਼ਾਮਿਲ ਨੇ ਪਾਰਟੀ ਦੇ ਵਰਕਰ ਵੀ ਸ਼ਾਮਿਲ ਨੇ ਪਾਰਟੀ ਦੇ ਵਲੰਟੀਅਰ ਵੀ ਸ਼ਾਮਿਲ ਨੇ ਉਹਨਾਂ ਵੱਲੋਂ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਜੋ ਕਿ ਸੰਗਰੂਰ ਲਈ ਰਵਾਨਾ ਹੋ ਚੁੱਕੇ ਹਨ ਜਿੱਥੇ ਕਿ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਜਿੱਥੇ ਕਿ ਭਗਵੰਤ ਮਾਨ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਤੋਂ ਪਾਰਟੀ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਜੋ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੰਗਰੂਰ ਤੋਂ ਜਿੱਥੇ ਕਿ ਲੋਕਾਂ ਨੇ ਪੀਲੇ ਰੰਗ ਦੀਆਂ ਪੱਗਾਂ ਪਾਈਆਂ ਹੋਈਆਂ ਹਨ ਅਤੇ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਜੋ ਕਿ ਆਮ ਲੋਕਾਂ ਦੇ ਵਿੱਚ ਵੀ ਪਹਿਲਾਂ ਕਦੀ ਵੇਖਣ ਨੂੰ ਨਹੀਂ ਮਿਲਿਆ ਮਨਜੀਤ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਕਿੰਨਾ ਕੁ ਜੋਸ਼ ਹੈ ਬਹੁਤ ਜੋ ਕੋਈ ਖੁਸ਼ੀ ਦਾ ਸਾਨੂੰ ਟਿਕਾਣਾ ਨਹੀਂ ਹੈਗਾ ਪਹਿਲੀ ਵਾਰ ਹੋਇਆ ਪੂਰੀ ਲਾਈਫ ਦੇ ਵਿੱਚ ਵੀ ਕੋਈ ਸੀਐਮ ਜਾ ਕੇ ਭਗਤ ਸਿੰਘ ਦੀ ਸੋਚ ਦੇ ਨਾਲ ਚੱਲੂਗਾ ਅਤੇ ਉੱਥੇ ਜਾ ਕੇ ਸਹੁੰ ਚੁੱਕ ਰਿਹਾ ਸਾਨੂੰ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈਗਾ ਇੱਕ ਆਮ ਘਰੋਂ ਇੱਕ ਆਮ ਨਾਗਰਿਕ ਸੀਐਮ ਬਣਨ ਜਾ ਰਿਹਾ ਅਤੇ ਉਹਨੇ ਇੱਕ ਬਕਾਇਦਾ ਕਿਹਾ ਸਾਰੇ ਪੂਰੇ ਪੰਜਾਬ ਨੂੰ ਵੀ ਇੱਕ ਇੱਕ ਬੱਚਾ ਇੱਕ ਇੱਕ ਵਰਕਰ ਸੀਐਮ ਇਕੱਲਾ ਭਗਵੰਤ ਮਾਨ ਨਹੀਂ ਹੋਣਾ ਪੂਰਾ ਪੰਜਾਬ ਦੇ 3 ਕਰੋੜ ਜਨਤਾ ਸੀਐਮ ਹੋਊਗੀ ਸੰਗਰੂਰ 'ਚ ਬਹੁਤ ਜ਼ਿਆਦਾ ਜਾ ਰਿਹਾ ਘੱਟੋ ਘੱਟ 50 ਦੇ ਕਰੀਬ ਬੱਸਾਂ ਦੇ ਹੈਗੀ ਆ ਹਲਕੇ ਦੇ ਵਿੱਚੋਂ ਜਾਣਗੀਆਂ ਜੀ ਮੇਰਾ ਨਾਮ ਟਿੰਕਲ ਗਰਗ ਜੀ ਕਿਵੇਂ ਦੇਖਦੇ ਹੋ ਅੱਜ ਕਿੰਨਾ ਕੁ ਜੋਸ਼ ਹੈ ਖਟਖੜ ਕਲਾਂ ਦੇ ਲਈ ਜਾ ਲੋਕਾਂ ਵਿੱਚ ਭਾਰੀ ਜੋਸ਼ ਹੈ ਬਹੁਤ ਵੱਡੀ ਗਿਣਤੀ 'ਚ ਇਕੱਠ ਜਾ ਰਿਹਾ ਹੈ ਅਸੀਂ ਉਰੋਂ ਸੰਗਰੂਰ ਤੋਂ 7 ਬੱਸਾਂ ਲੈ ਕੇ ਜਾ ਰਹੇ ਹਾਂ ਅਤੇ ਹਾਲੇ ਹੋਰ ਵੀ ਬਹੁਤ ਬੰਦੇ ਸਾਡੇ ਕੋਲੋਂ ਮਿਸ ਹੋ ਗਏ ਜੋ ਜਾ ਨਹੀਂ ਸਕੇ ਜਾਂ ਜੋ ਪ੍ਰਾਈਵੇਟ ਗੱਡੀਆਂ ਰਾਹੀਂ ਬਹੁਤ ਜ਼ਿਆਦਾ ਬੰਦੇ ਜਾ ਰਹੇ ਨੇ ਸਾਰੇ ਪੰਜਾਬ 'ਚ ਪੂਰਾ ਉਤਸ਼ਾਹ ਹੈ ਅਤੇ ਜਾਣ 'ਚ ਹਰੇਕ ਬੰਦਾ ਉੱਥੇ ਜਾ ਕੇ ਭਗਤ ਸਿੰਘ ਦੇ ਸ਼ਹਿਰ ਦੇ ਵਿੱਚ ਜਾ ਕੇ ਭਗਵੰਤ ਮਾਨ ਜੀ ਨੂੰ ਸਹੁੰ ਚੱਕਣਾ ਦੇਖ ਜੇ ਅਸੀਂ ਗੱਲ ਕਰੀਏ ਜੀ ਅੰਮ੍ਰਿਤਸਰ ਦੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਅਨੋਖਾ ਜਿਹਾ ਕਹਿ ਲਓ ਕਿ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਕਿ ਇੱਕ ਅੰਗਹੀਨ ਜੋੜਾ ਹੈ ਉਹ ਵੀ ਸ਼ਪਥ ਗ੍ਰਹਿਣ ਜਿਹੜਾ ਹੋ ਰਿਹਾ ਖਟਖੜ ਕਲਾਂ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਉਸ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਉਹਨਾਂ ਦੀ ਜ਼ੁਬਾਨੀ ਸੁਣੀਏ ਅਤੇ ਉਹਨਾਂ ਦਾ ਕਹਿਣਾ ਹੈ ਜੀ ਬੇਸ਼ੱਕ ਮੁਸ਼ਕਲਾਂ ਆਉਣਗੀਆਂ ਦਿੱਕਤਾਂ ਆਉਣਗੀਆਂ ਪਰ ਉਹ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨਗੇ ਇੱਕ ਅੰਗਹੀਨ ਜੋੜਾ ਜੋ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਗੋਲਡਨ ਗੇਟ ਤੋਂ ਰਵਾਨਾ ਹੋਇਆ ਹੈ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਹਿੱਸਾ ਪਾਉਣ ਦੇ ਲਈ ਇਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਵੱਖ ਵੱਖ ਪਾਰਟੀ ਵਰਕਰਾਂ ਵੱਲੋਂ ਵੱਖ ਵੱਖ ਪਾਰਟੀ ਦੇ ਵਰਕਰ ਅਤੇ ਲੀਡਰ ਜਿਹੜੇ ਨੇ ਵਲੰਟੀਅਰਸ ਨੇ ਉਹ ਵੀ ਰਵਾਨਾ ਹੋਏ ਹਨ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਲੈਣ ਲਈ ਇੱਕ ਵੱਖਰੀ ਜਿਹੀ ਗੱਲ ਉਹ ਕਿ ਲੋਕਾਂ ਦੇ ਵਿੱਚ ਅਨੋਖੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਲੋਕ ਰਵਾਨਾ ਹੋ ਰਹੇ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਿੱਚ ਅੰਗਹੀਨ ਜੋੜਾ ਜਿਹੜਾ ਹੈ ਇੱਕ ਅੰਗਹੀਨ ਜੋੜਾ ਜੋ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ ਉਹਨਾਂ ਵੱਲੋਂ ਇੰਨਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਦਲਾਵ ਆਏਗਾ ਅਤੇ ਜਿਸ ਉਮੀਦ ਨਾਲ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਜਿਤਾਇਆ ਹੈ
उस उम्मीद से भगवंत मान खरा उतरणगे। पूरी तरह आम लोगों बारे सोचेंगे तो पंजाब जड़ा सी कितना कितने रंगला पंजाब आने वाले समय से फिर तो बनेगा। लगातार तस्वीर तुम देख सकते हो जी, एक अंगहीन जोड़ा जिन्हों ने अपना सर्टिफिकेट भी दिखाया है कि वह अंगहीन हैं, इसके बावजूद वह खटखड़ कला दे विच सीएम भगवंत मान की ताजपोशी विच शामिल हो जा रहे हैं। इन तो साफ पता लग रहा है कि सीएम भगवंत मान की ताजपोशी दे लई जिथे पार्टी वर्करां विच उत्साह, उस दे नाल नाल आम लोगों के भी उत्साह है, आम लोगों के भी उम्मीदा हैं कि एक बार फिर पंजाब रंगला पंजाब बनेगा। वाहेगुरु जी का खालसा, वाहेगुरु जी की फतेह। हाँ जी, मेरा नाम नरिंदर सिंह है भाजी। कितों के रहने वाले? असी भाजी इतों कीमा गेट के भाजी। कितने जा रहे हो? असी जा रहे हैं भाजी खटखड़ कलां। सर खटखड़ कलां दे सीएम ने सौ खाली, तुसी क्यों जा रहे हो? असी यही कि चलो सरकार बहुत देखिया भाजी, चलो भगवंत मान साहब अपने, चलो आम आदमी पार्टी, असं यही कहने कि चलो साढ़े वर्गे इंसानों का भी चलो ख्याल रखन भाजी, यही चलो चले हैं जी उन्होंने साथ देने वास्ते भाजी। हैंडीकैप? हाँ जी हाँ जी, 100% हैंडीकैप भाजी, सर्टिफिकेट दो 100% हैंडीकैप भाजी, सर्टिफिकेट है मेरा भाजी। असं यही कहने कि चलो सरकार भी भाजी साडा साथ दे, सरकार भी साडा साथ दे, तो भाजी असं उन्होंने खड़े हाँ तो सर वो साढ़े नाल खड़े रहन सर। सफ़र दूर का वा? हाँ जी। कि लागू जी, उत्साह काफ़ी आ, उत्साह काफ़ी लग रहा सरकार का। हाँ जी, चलो वाहेगुरु जी का नाम लैके चले हैं जी, बाकी जो भी है चलो लगता देश दे बदलाव होगा। हाँ जी हाँ जी, जरूर होएगा भाजी। हाँ जी, ए मेरा नाम मनजिंदर सिंह, एक क्लास एसोसीएशन के मैंबर। अभी की कहना चाहते हो कि जरा काफिला? अच्छ काफिला भगवंत मान जी चौं चुक रहे हैं अज्ज, वह भी खटखड़ कलां दे विच पब्लिक दे विच चुक रहे हैं, बड़ी खुशी की गल है, बड़ा जनून आ। उन्होंने कहा असीं पीलियां पग्गां ते पीने दुपट्टे बीबियां लैके आने, बड़े उत्साह नाल जा रहे हैं, उसे रंग 'च जा रहे हैं असीं, ठीक है जी। जो बाकी उन्होंने सरकार ने बहुत वधिया, पब्लिक ने बड़ा वधिया मौका दिता वा, असीं बड़ी मेहनत नाल जिताया उन्होंने, तो मुरलियां सेवा जो चाहीदियां वा वो सारियां करवाउण, हल करवाउण, नशा खत्म करन, मैडिकल हैल्थ का ध्यान रखन, एजुकेशन का ध्यान रखन, जिहड़े फैसले लैने बड़े तरीके लैन, काली विच ना लैन। सानू बड़ा जनून है जी, असीं चढ़दी कला चाहुंदे आ, अरदास मंगदे परमात्मा चढ़दी कला करन ते सारे इंडिया दे विच छा जाण। ये लगता कि पहली बार होगा, कई सौ सभा सौं खादी नहीं, पर यह भगतों के हाँ पिंड के सौं खादी, बड़ी बड़ी खुशी की गल है जी। वेखो अभी कभी कभी सू कभी पता नहीं कोई सौं चुकदार कितने चुकता वा, ये खटखड़ कलां सौं शहीद भगत सिंह के पिंड चुकी जा रही, बड़ा जनून आ। साडे उत्साह वा, साडे रिश्तेदार भैन भरा क्लास एसोसीएशन के मैंबर सारे उत्साह नाल जा रहे, क्यों जा रहे हैं? वो एक परिवार के सौं चुक रहा वा, सौं चुकेगा तनों मनों वो चुकेगा तो सारे पब्लिक की गल सुनेगा। सानू बड़ा माण है भगवंत मान केजरीवाल जी, बड़ा माण है, तो लोगों का सुख सहूलत का ध्यान रखेंगे, तो लोगों को उत्साह वाल पंजाब में। जे असीं गल करिए जी असीं अमृतसर गुरु नगरी की गल, तो हुण गल करदे आ कपूरथला तो। कपूरथला दे विच वी एक आम आदमी पार्टी वालों एक ईवेंट रखा गया सी, जिस विच भगत सिंह चौंक विच भगत सिंह दे बुत नूं दस्तार पेंट की गई। तुसीं तस्वीरां लगातार देख सकते हो जी, उत्थे आप दे वर्करां वालों वलंटरियां वालों एक ईवेंट रखा गया, जिस विच भगत सिंह चौंक विच बकायदा भगत सिंह दे बुत नूं दस्तार पेंट की गई है। यह पूरे ताजपोशी समागम के बसंती चोला, बसंती रंग, तो भगवंत मान वालों बसंती लहर चलाई गई है, जो कि एक ताजपोशी का अहम हिस्सा बन चुकी है। तुसीं तस्वीरां देख सकते हो कि आम आदमी पार्टी के वर्करां वालों बसंती रंग दीआं पग्गां बन के, उस तो पहला उन्होंने कपूरथला के चौंक भगत सिंह चौंक विच बने बुत नूं दस्तार पेंट की है। ये तो साफ पता लग रहा है कि लोग अपनी जबानी कह रहे हैं कि भगवंत मान से बड़िया आसा ने, बड़िया उम्मीदा ने, तो उन्होंने पहली बार अजिहा सौ चुक समागम देखना है। तस्वीर लगातार तुम देख सकते हो, जिस तो पहला लोगों का कहना सी कि कई सीएम आए तो उन्होंने सौ चुकिया ने, पर अजिहा समागम वड्डे पद्धर का पहली बार होने जा रहा है। तो तुम देख सकते हो लोगों में उत्साह है, लोगों में उम्मीदा हैं, जिथे कि पार्टी के वर्कर तो लीडर बहुत उत्साहित हैं, उसके नाल आम लोगों में भी वक्रा उत्साह वेखन मिल रहा है। जे गल करिए कपूरथला के लोगों की, तो कपूरथला के लोगों का साफ कहना सी कि पंजाब में खुशहाली आएगी, तो भगवंत मान की सोच में वो सलामी करते हैं। भगवंत मान की सोच जड़ी है जो कि शहीद भगत सिंह दे लई इन्नी रुचि रखती है, उसनों लैके आम लोगों ने उन्होंने सलामी दिती है कि उन्होंने एक बार फिर पंजाब की जिहड़ी सुती पई आवाम नूं जगाण दे लई एक कदम चुक्या है, जिस विच आम लोगों दे विच भी लहर वेखन नूं मिल रही है। तो उन्होंने साफ लग रहा है कि कितना ना कितने भगवंत मान जिहड़े ने वो आने वाले समय में आम लोगों के उस सारे काम करनगे जो कि अज तक की पुरानी पार्टियां नहीं कर पाईआं, ते पंजाब दे विच खुशहाल माहौल होएगा, पंजाब दे विच जिस जिस चीज़ की कमी है वो आप सरकार पूरा करेगी। रवायती पार्टियां ने राज कीता, इस केसरी तो की भाव ने? देखो जी केसरी ये बसंती रंग आ,
पिछले 70 सालों से देखा जाए कि जिहड़ा खुशहाल पंजाब सी हाल कर दते कि जिंदा पतझड़ विच मर जाए रुखां दा हाल हो जांदा। और ये सरदार साढ़े जिहड़े नवे सीएम बने ने सरदार भगवंत सिंह जी मान, उन्हां दी सोच है कि असी इस पंजाब नूं फिर हरिया भरिया करना। हरे भरे होण तों पहलां बसंत आउंदी आ, बसंत विच सारे जिहड़े रुख मौलदे ने, असी उम्मीद करदे आ उन्हां दी जिहड़ी सोच दे, असी ये उम्मीद करदे आ कि उन्होंने बसंत जिहड़ा रंग आया ये बसंत की निशानी है, ये खुशहाली की निशानी है। इस तो बाद सारे हरियाली छाऊगी क्योंकि लोगों तुसी देखो कोई ना कोई कारोबार है ना कोई किसी तरह का कोई रुजगार आ, और हर एक बने अराजकता जड़िया पुरानी जड़ी रवायती पार्टियां सीगियां इन्हें हर बने अराजकता फैलाई हुई सी, लुट खसुट मचाई हुई सी, उन्हों खत्म करने लई एक निशानी आ कि तुसी समझो कि बसंत आ गई आ, बसंत आई तो बहार आ गई आ कि रौनक होएगी, हर एक दे चेहरे ते रौनक होएगी। इस आस नाल असी जिहड़े कल उन्होंने एक सानू सुनेहा दिता कि जिन्हें भी शामिल होण, असी कहा कि जिहड़ा नहीं भी शामिल हो सकता वह भी कल नूं यह बसंती रंग पहने और इहनूं पता लगे, लोगों को एहसास होवे कि हाँ बई बहार आने वाली आ, जिहड़ी आ खुशहाली आने वाली आ। उस कर कीता जी कल तो जिम्मेदारियां शुरू किस तरह रहेगा गल है जी। मैं शहीद भगत सिंह की सोच को प्रणाम करदा, भगवंत सिंह मान जी की सोच को प्रणाम करदा। मेरा रंग दे बसंती चोला नहीं माए, मेरा रंग दे बसंती चोला वो मावां दा सुपना रह गया सी, जो कि भगत सिंह होरां ने सुपना बीजिया सी, वो सुपना साडे उगया ही नहीं मौलिया ही नहीं। और भगत सिंह की सोच को लैके, शहीद भगत सिंह जी की सोच को लैके भगवंत मान जी ने जिस तरह तुहाडे सामने पूरे पंजाब की कि पूरे हिंदुस्तान की वागडोर संभाली, उन्होंने जाके समय समय असैम्बली दे विच अपनी आवाज़ नूं बुलंद कीता और लोकां दी आवाज़ गूंगे बोले कन्नां तक पहुँचाई। सो तुसीं देख सकते हो कि वख-वख सूबिआं विच्चों लोक जिहड़े ने ओह भगवंत मान की ताजपोशी विच शामिल होण लई जा रहे हन। जे असीं गल करिए हुण तक संगरूर तो, जे गल करिए गुरु नगरी तो, ते कपूरथला तो हुण तक वख-वख लोक, जबकि जे गल करिए जी हाँ पहला कदी नहीं होया जे लोग आम लोग भी ने वह भी शामिल होना चाहते ने। इतिहास पहली बार होएगा कि सूबे भर चो लोग जड़े ने वो किसी सीएम की ताजपोशी विच जा रहे हैं, तो उन्होंने यह समागम अपना समागम लग रहा है। हर अपडेट लिए जुड़े रहो स्काय न्यूज़ पंजाब दे नाल। मियां मुराद अली ए टू जेड हर समस्या का समाधान घर बैठे गरंटेड करवाओ, मेहनत मेरी रहमत खुदा दी, रब दे घर देर है पर हनेर नहीं, फ्री सेवा फ्री सलाह, निराश क्यों, समस्या जिवें लव मैरिज, पति पत्नी दे विच अनबन, वशीकरण, मनचाया स्त्री पुरुष हुण हासिल करो, प्रेमी प्रेमिका नूं मनाउणा, सौतन दुश्मन तो छुटकारा, हर समस्या दा समाधान गारंटीड, स्टाम्प पेपर ते लिख के लो, परेशानी दा हल सोचन नाल नहीं संपर्क करन नाल होवेगा। 9872246665 9872246718786। खबर दी ताजा अपडेट दे लई साडे YouTube चैनल नूं सब्सक्राइब करो, Facebook चैनल नूं लाइक अते शेयर करो।